ਤਹਿਸੀਲ ਮੈਥਪੁਰ ਦੇ ਨੇੜੇ ਪਿੰਡ ਪੰਡੂਰੀ ਖਾਸ ਵਿਖੇ ਸਵਰਗਵਾਸੀ ਸੰਤੋਖ ਸਿੰਘ ਦੀ ਨਿੱਘੀ ਯਾਦ ਵਿੱਚ ਸ਼੍ਰੀਮਤੀ ਸੁਖਵਿੰਦਰ ਕੌਰ ਕਨੇਡਾ ਨੇ 51,000 ਰੁਪਈਏ ਗੁਰਦੁਆਰਾ ਸੰਤ ਗੋਪਾਲ ਦਾਸ ਜੀ ਦੀ ਪ੍ਰਬੰਧਕ ਕਮੇਟੀ ਨੂੰ ਬਿਲਡਿੰਗ ਫੰਡ ਲਈ ਦਿੱਤੇ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰਾਇਮਰੀ ਸਕੂਲ ਲਈ 21,000 ਰੁਪਈਏ ਦਾ ਯੋਗਦਾਨ ਪਾਇਆ। ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਜੀਤ ਸਿੰਘ ਮੱਟੂ ਪ੍ਰਧਾਨ ਨੇ ਜਾਣਕਾਰੀ ਦਿੱਤੀ ਅਤੇ ਸਮੂਹ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਗੁਰਦੇਵ ਸਿੰਘ ਜੂਕੇ, ਨਿਰਮਲ ਸਿੰਘ, ਪਰਮਿੰਦਰ ਸਿੰਘ, ਗੁਰਦੇਵ ਸਿੰਘ, ਤਰਸੇਮ ਸਿੰਘ, ਰਾਮਤੀਰਥ ਸਿੰਘ, ਸਰਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ। ਰਿਪੋਰਟ ਸੁਰਿੰਦਰ ਚਾਵੜਾ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜਾਦਰ ਸਿੰਘ, ਮਾਤਾ ਸਵਰਨ ਕੌਰ ਜਿਨ੍ਹਾਂ ਦੇ ਸਪੁੱਤਰ ਸਰਦਾਰ ਸੰਤੋਖ ਸਿੰਘ ਜੀ ਜੋ ਸਾਨੂੰ ਕੁਝ ਕੁ ਮਹੀਨਿਆਂ ਤੋਂ ਸਦੀਵੀ ਵਿਛੋੜਾ ਦੇ ਗਏ, ਜਿੱਥੇ ਕਿ ਪਰਿਵਾਰ ਨੂੰ ਇਹ ਘਾਟਾ ਹੋਇਆ, ਸਾਡੇ ਪਿੰਡ ਵਾਸੀਆਂ ਸਾਡੇ ਰਿਸ਼ਤੇਦਾਰਾਂ ਨੂੰ ਵੀ ਉਹ ਹਮੇਸ਼ਾ ਯਾਦ ਆਉਂਦੇ ਰਹਿਣਗੇ। ਉਹਨਾਂ ਦੀ ਕਿਰਤ ਕਮਾਈਆਂ ਨੂੰ ਸਫਲੇ ਕਰਦੇ ਹੋਏ ਇਹ ਮੱਟੂ ਪਰਿਵਾਰ ਨੇ ਸਾਡੀ ਚਾਚੀ ਜੀ ਸੁਖਵਿੰਦਰ ਕੌਰ ਔਰ ਉਹਨਾਂ ਦਾ ਬੇਟਾ ਰਾਮਤੀਰਥ ਸਿੰਘ ਜੀ ਔਰ ਸਮੂਹ ਹੀ ਮੱਟੂ ਪਰਿਵਾਰ ਨੇ 51,000 ਰੁਪਈਆ ਗੁਰਦੁਆਰਾ ਸੰਤ ਬਾਬਾ ਗੋਪਾਲ ਦਾਸ ਜੀ ਨੂੰ ਔਰ 21,000 ਪ੍ਰਾਇਮਰੀ ਸਕੂਲ ਪੰਡੋਰੀ ਖਾਸ ਉਹਨਾਂ ਨੂੰ ਭੇਟ ਕੀਤਾ ਹੈ। ਅਸੀਂ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹੀ ਮੈਂਬਰਾਂ ਵੱਲੋਂ ਸਰਦਾਰ ਗੁਰਦੇਵ ਸਿੰਘ ਜੀ ਜੂਕੇ, ਪਰਮਿੰਦਰ ਸਿੰਘ ਜੀ, ਨਿਰਮਲ ਸਿੰਘ ਜੀ, ਗੁਰਦੇਵ ਸਿੰਘ ਜੀ, ਤੀਰਥ ਸਿੰਘ ਜੀ, ਸਰਜੀਤ ਸਿੰਘ ਜੀ, ਇਹ ਸਾਰੀ ਹੀ ਪ੍ਰਬੰਧਕ ਕਮੇਟੀ ਤਹਿ ਦਿਲੋਂ ਧੰਨਵਾਦ ਕਰਦੀ ਹੈ ਮੱਟੂ ਪਰਿਵਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।